ਜੈਸੀਸ ਤਮਾਮ ਕਾਂਗਰਸ ਦੇ ਲੀਡਰ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਬਕਾ MLA ਤੇ ਕੰਟੈਸਟਡ ਕੈਂਡੀਡੇਟ ਹੈ ਜ਼ਿਲ੍ਹਾ ਦੇ ਪ੍ਰਧਾਨ ਸਾਹਿਬ, ਅਸੀਂ ਡੈਪਟੀ ਕਮਿਸ਼ਨਰ ਨੂੰ ਮਿਲਣ ਵਾਸਤੇ ਅੱਜ ਅਸੀਂ ਇੱਥੇ ਆਏ ਸੀ। ਸਵੇਰ 10 ਵਜੇ ਦਾ ਟਾਈਮ ਲਿਆ ਸੀਗਾ ਔਰ ਜ਼ਿਲ੍ਹੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਤੇ ਬੁੱਢੇ ਨਾਲੇ ਨੂੰ ਲੈ ਕੇ ਅਸੀਂ ਚਰਚਾ ਕੀਤੀ। ਸਭ ਤੋਂ ਵੱਡਾ ਜਿਹੜਾ ਅੱਜ ਦਾ ਇਸ਼ੂ ਸੀਗਾ ਉਹ ਪੰਚਾਇਤੀ ਚੋਣਾਂ ਹੈ। ਜਿਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ, ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ, ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ। ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ, ਧੱਕਾ ਹੋਇਆ, ਬਲਾਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ, ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ, ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫਿਰ ਦੁਬਾਰਾ ਪਾ ਦਿੱਤੇ ਗਏ ਨੇ। ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲ ਬੰਦਾ ਨਹੀਂ ਸੀ, ਚਾਹੇ ਉਹ 5,000 ਦੀ ਆਬਾਦੀ ਦਾ ਪਿੰਡ ਸੀ, ਚਾਹੇ ਉਹ 10,000 ਦੀ ਆਬਾਦੀ ਦਾ ਪਿੰਡ ਸੀ, ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ। ਜਿੱਥੇ ਇਹਨਾਂ ਕੋਲ ਬੰਦਾ ਨਹੀਂ ਸੀ ਉੱਥੇ ਜਰਨਲ ਲੇਡੀ ਕਰ ਦਿੱਤੀ ਗਈ, ਚਾਹੇ 15 ਸਾਲ ਤੋਂ ਜਰਨਲ ਲੇਡੀ ਸੀਗੀ ਆਲਰੇਡੀ ਉੱਥੇ। ਸੋ ਮੇਰੇ ਕਹਿਣ ਦਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ, ਬੜਾ ਵੱਡਾ ਧੱਕਾ ਕੀਤਾ ਹੈ। ਡੇਟ ਅਨਾਊਂਸ ਹੋ ਗਈਆਂ, ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ, ਕਿਹੜਾ ਓਪਨ ਹੈ। ਲੋਕਾਂ ਨੇ ਆਪਦੇ ਲੈਵਲ ਨਾਲ ਲੈ ਲਿਆ। ਦੂਸਰਾ, NOCs ਨਹੀਂ ਦਿੱਤੀਆਂ ਜਾ ਰਹੀਆਂ। ਕਿਹਾ ਜਾ ਰਿਹਾ ਕਿ ਇਹਨਾਂ ਨੂੰ NOCs ਨਹੀਂ ਦਿਓ ਤੇ ਜਦ NOC ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦਿਆਂਗੇ। ਅੱਜ ਅਸੀਂ ਪ੍ਰਤਾਪ ਸਿੰਘ ਬਾਜਵਾ, ਸਾਡੇ CLP ਲੀਡਰ ਵੀ ਮਿਲ ਰਹੇ ਨੇ ਇਲੈਕਸ਼ਨ ਕਮਿਸ਼ਨ ਨੂੰ, ਸਟੇਟ ਨੂੰ। ਪਰ ਤੁਸੀਂ ਜਾਣਦੇ ਹੋ ਸਟੇਟ ਇਲੈਕਸ਼ਨ ਕਮਿਸ਼ਨ ਵੀ ਆਫਿਸਰ ਸਰਕਾਰਾਂ ਜਿਹੜੀਆਂ ਸਰਕਾਰਾਂ ਦੇ ਨਾਲ ਕਾਫੀ ਅਸਰ ਸੂਕ ਰੱਖਦੇ ਹੈ। ਮੇਰੀ ਅੱਜ ਇਹਨਾਂ ਨੂੰ ਕਿਹਾ, ਫਿਰ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ ਐਫੀਡੈਵਿਟ ਦੇ ਦਿਓ। ਐਫੀਡੈਵਿਟ ਤੇ ਵੀ ਸਾਨੂੰ ਖਸਤਾ ਹੈ, ਇਹਨਾਂ ਨੇ ਨਾਲ ਕੁਐਸਚਨ ਮਾਰਕ ਲਗਾਇਆ ਹੈ ਕਿ ਜਿਹੜਾ ਵਿਅਕਤੀ ਐਫੀਡੈਵਿਟ ਦੇ ਦੇਗਾ, ਅਗਰ ਕੋਈ ਉਹਦੇ ਤੇ ਦੇਣਦਾਰੀ ਜਾਂ ਉਹਦਾ ਕੇਸ ਜਾਂ ਕੋਈ ਇੱਧਰ ਉੱਧਰ ਕੱਢ ਕੇ, ਤੇ ਐਫੀਡੈਵਿਟ ਨੂੰ ਵੀ ਜਿਹੜੇ ਇਹਨਾਂ ਦੇ ਨੁਮਾਇੰਦੇ ਹੋਣਗੇ, ਰਿਟਰਨਿੰਗ ਆਫਿਸਰ ਹੋਏਗਾ, ਉਹ ਨਕਾਰ ਸਕਦਾ ਹੈ। ਯਾਨੀ ਕਿ ਸੌਖਾ ਤਰੀਕਾ ਐਫੀਡੈਵਿਟ ਨੂੰ ਨਕਾਰਨਾ ਵੀ ਇਹਨੇ ਐਫੀਡੈਵਿਟ ਦੇ ਵਿੱਚ ਝੂਠ ਬੋਲਿਆ। ਸਾਨੂੰ ਭੰਬਲ ਭੂਸਾ ਪਾਇਆ ਜਾ ਰਿਹਾ, NOC ਨਹੀਂ ਦੇ ਰਹੇ, NOC ਦੀ ਥਾਂ ਤੇ ਐਫੀਡੈਵਿਟ ਦੀ ਗੱਲ ਕਰ ਰਹੇ ਹਾਂ। ਹਾਲਾਂਕਿ ਅਸੀਂ NOC ਚਾਹੁੰਦੇ ਹਾਂ ਤਾਂ ਜੋ NOC ਮਿਲੇਗੀ ਤਾਂ ਸਾਡੀ ਕੋਈ ਦੇਣਦਾਰੀ ਸਬੂਤ ਨਹੀਂ ਕਰ ਸਕਦਾ। ਸੋ ਇੱਕ ਤਾਂ ਇਹਨਾਂ ਨੂੰ ਕਿਹਾ ਵੀ ਸਾਨੂੰ NOCs ਦਿਓ, ਐਫੀਡੈਵਿਟ ਦੀ ਨਾ ਗੱਲ ਕਰੋ। ਦੂਸਰਾ, ਐਫੀਡੈਵਿਟ ਦਾ ਜਿਹੜਾ ਖਸਤਾ ਸੀ ਉਹ ਦੱਸਦਾ। ਤੀਸਰਾ ਜਿਹੜਾ ਖਸਤਾ ਹੈਗਾ ਕਿ ਹਜੇ ਤੱਕ ਵੋਟਰ ਸੂਚੀਆਂ ਨਹੀਂ ਦਿੱਤੀਆਂ। ਸਾਨੂੰ DC ਸਾਹਿਬ ਨੇ ਕਿਹਾ ਕਿ ਅਸੀਂ ਵੋਟਰ ਸੂਚੀਆਂ ਅੱਜ ਤੁਹਾਨੂੰ ਮੁਹੱਈਆ ਕਰਾ ਦਿਆਂਗੇ। ਜਦੋਂ ਪਤਾ ਹੀ ਨਹੀਂ, ਹੋ ਸਕਦਾ ਜਿਹੜੇ ਬੰਦੇ ਨੇ ਇਲੈਕਸ਼ਨ ਲੜਨਾ ਹੋਵੇ ਉਹਦਾ ਵੋਟਰ ਸੂਚੀ 'ਚ ਨਾ ਹੀ ਕੱਟਿਆ ਪਿਆ ਹੋਵੇ। ਸੋ ਵੋਟਰ ਸੂਚੀਆਂ ਸਾਨੂੰ ਸਮੇਂ ਸਿਰ ਦੇ ਦੇਣੀਆਂ ਚਾਹੀਦੀਆਂ। ਸਰਕਾਰ ਨੂੰ ਇਹ 15 ਦਿਨ ਪਹਿਲਾਂ ਕੰਮ ਕਰਨਾ ਚਾਹੀਦਾ ਸੀ, ਰਿਜ਼ਰਵੇਸ਼ਨ ਦਾ ਤੇ ਵੋਟਰ ਸੂਚੀਆਂ ਦਾ। ਤੀਸਰਾ, ਸਾਨੂੰ ਇਹ ਵੀ ਗੱਲ ਪਤਾ ਲੱਗੀ ਹੈ ਇਹਦੇ 'ਚ ਕਿੰਨਾ ਕੁ ਸੱਚ ਹੈ, ਕਿੰਨਾ ਕੁ ਝੂਠ ਹੈ, ਇਹਦੇ ਬਾਰੇ ਮੈਂ ਅੱਜ ਟਿੱਪਣੀ ਨਹੀਂ ਕਰ ਸਕਦਾ।
ਕੀ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਵਾਰ ਤੁਹਾਨੂੰ ਪਤਾ ਭਗਵੰਤ ਸਿੰਘ ਮਾਨ ਹੋਰਾਂ ਨੇ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ। ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ। ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਹਾਂ, ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤੱਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਅੱਜ ਤੋਂ ਪਹਿਲਾਂ ਨਹੀਂ। ਲੇਕਿਨ ਇਹ ਕੈਬਨਿਟ 'ਚ ਲੈ ਕੇ ਆਏ ਇਹ ਗੱਲ, ਕਿਉਂਕਿ ਇਹਨਾਂ ਦੇ ਮਨ 'ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪ੍ਰੋਵੀਜ਼ਨ ਹੈਗੀ ਹੈ ਜੇ ਕੋਈ ਚੁਣਾਵ ਚਿੰਨ੍ਹ ਲੈਣਾ ਚਾਹੁੰਦਾ ਹੋਵੇ। ਇਹਨਾਂ ਦੇ ਦਿਮਾਗ 'ਚ ਖਸਤਾ ਸੀ ਵੀ ਸਾਡਾ ਚੁਣਾਵ ਚਿੰਨ੍ਹ ਲੈ ਲੈਣ ਸਾਰੇ ਜਾਣੇ ਅਤੇ ਉਹ ਸਾਰੇ ਜਾਣੇ ਹਾਰ ਜਾਣ। ਇਸ ਤੋਂ ਚੰਗਾ ਕੈਬਨਿਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੁਣਾਵ ਚਿੰਨ੍ਹ ਲੈ ਨਹੀਂ ਸਕਦਾ, ਤਾਂ ਜੋ ਇਹ ਨਾ ਬਾਅਦ 'ਚ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤ ਦੀਆਂ ਚੋਣਾਂ ਹਾਰ ਗਈ ਹੈ। ਇਹ ਭੰਬਲ ਭੂਸਾ ਰਵੇ, ਅਸੀਂ ਕਹਾਂਗੇ ਸਾਰੇ ਸਰਪੰਚ, ਜਦੋਂ ਸਰਪੰਚ ਜਿੱਤ ਜਾਂਦਾ ਹੈ ਉਹਨੂੰ ਵੀਡੀਓ ਦਬਾਅ ਪਾ ਲੈਂਦਾ ਕਿ ਅਸੀਂ ਗ੍ਰਾਂਟ ਨਹੀਂ ਦੇਣੀਆਂ, ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਿਹਾ ਭਾਵੇਂ ਤੂੰ ਕਾਂਗਰਸ ਹੈ। ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕਾਤ ਰੱਖਦਾ, ਤੂੰ ਲਿਖਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸੰਬੰਧ ਹੈਗਾ, ਤੇ ਤਾਂ ਜੋ ਅਸੀਂ ਇਹ ਕਾਂਕੜਾ ਪੇਸ਼ ਕਰ ਦਿਆਂਗੇ ਪੰਜਾਬ ਦੇ ਲੋਕਾਂ ਨੂੰ ਕਿ ਸਾਡੇ ਕੋਲ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ। ਇਹਨਾਂ ਤਮਾਮ ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰ ਸਾਹਿਬਾਨ ਮਿਲਣ ਆਏ ਹਾਂ, ਔਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕਿ ਕਿਸੇ ਵੀ ਪੰਜਾਬ ਦੇ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ, ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ, ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰੀਪ੍ਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ, ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਜ਼ਿਲ੍ਹਾ ਪ੍ਰਧਾਨ ਨੂੰ ਉਹ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲਏ, ਪਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ 3-4 ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ। ਸੋ ਇਸ ਦੇ ਬਾਵਜੂਦ ਵੀ ਕਿਤੇ ਧਾਂਦਲੀ ਹੋਏਗੀ ਜਾਂ ਧੱਕਾ ਹੋਏਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ, ਅਸੀਂ ਮੈਂ CLP ਲੀਡਰ ਤੇ ਤਮਾਮ ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉੱਥੇ ਜਾ ਕੇ ਇੱਟ ਨਾਲ ਇੱਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ਧੱਕਾ ਨਹੀਂ ਹੋਣ ਦਿਆਂਗੇ। ਔਰ ਮੈਂ ਅੱਜ ਬੇਨਤੀ ਕਰਨੀ ਚਾਹੁੰਦਾ ਸਿਵਲ ਅਧਿਕਾਰੀਆਂ ਨੂੰ, ਕਈ BDPO ਆਮ ਆਦਮੀ ਪਾਰਟੀ ਦੇ ਪੁੱਤ ਬਣੇ ਹੋਏ ਹੈ, ਕਈ DDPO ਪੁੱਤ ਤੇ ਧੀਆਂ ਬਣੇ ਹੋਏ ਹੈ, ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ ਨਵੇਂ ਲੋਕਾਂ ਨੂੰ DSP ਵੀ ਲਵਾਇਆ ਗਿਆ ਹੈ MLA ਦੁਆਰਾ ਕਿ ਆਹ DSP ਲਾਓ ਜੀ, ਇਹ ਬੰਦਾ ਸਾਡੇ ਸਰਪੰਚੀ ਦੇ ਕਾਗਜ਼ ਇਹ ਠੀਕ ਕਰਾਊਗਾ। ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿੰਦਾ ਔਰ ਬੇਨਤੀ ਵੀ ਕਰਨਾ। ਚੇਤਾਵਨੀ ਇਹ ਹੈ ਕਿ ਮਤ ਸਮਝਿਓ ਇਹ ਪੁਰਾਣਾ ਸਮਾਂ, ਕਿਸੇ ਲੀਡਰ ਨੇ ਆਉਣਾ ਨਹੀਂ ਹੈ, ਤੇਰੇ ਤੁਹਾਡੇ ਦਫ਼ਤਰ ਨੂੰ ਆ ਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ ਅਗਰ ਕਿਸੇ ਵੀ ਸਰਪੰਚ ਨਾਲ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ। ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ, ਪਰ ਹਾਈ ਕੋਰਟ ਤੱਕ
ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ, ਪਰ ਭੁੱਲਾਂਗੇ ਨਹੀਂ। ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਆ, ਹੁਣ ਗਿੱਲ ਆ ਕੇ ਲੱਗ ਜਾਣਗੇ, ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪੜ ਆ ਕੇ ਲੱਗ ਜਾਣਗੇ, ਕਿਉਂਕਿ ਉਹ ਜਿਹੜੇ ਲੀਡਰ ਸਨ ਉਹ ਸ਼ਾਹੀ ਮਜਾਜ ਦੇ ਲੀਡਰ ਸਨ, ਉਹਨਾਂ ਨੂੰ ਪਤਾ ਨਹੀਂ ਸੀ। ਮਾਝੇ ਵਾਲੇ ਆ ਕੇ ਦੁਆਬੇ ਲੱਗ ਜਾਂਦਾ ਤੇ ਦੁਆਬੇ ਵਾਲਾ ਆ ਕੇ ਮਾਲਵੇ ਲੱਗ ਜਾਂਦਾ ਨਾ। ਇਸ ਵਾਰੀ ਕੰਧ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਆਉਣਾ। ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਓ, ਜ਼ਰੂਰ ਵਿਚਾਰਿਓ। ਮੈਂ ਤਾਂ ਪਿਛਲੀ ਸਰਕਾਰ 'ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅੱਧਾ ਡਿਪਟੀ ਕਮਿਸ਼ਨਰ, 8-9 SDM ਤੇ 12-15 BDPO ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਆ ਪੂਰੇ ਪੰਜਾਬ, ਇਵੇਂ ਪੁਲਿਸ ਵਾਲੇ 1-2 SSP, 5-4 DSP, 1-1/2 SP2 ਤੇ ਥੱਲੇ 25-30 SHO, ਇਹਨਾਂ ਨੂੰ ਜਿਹਨਾਂ ਲੋਕਾਂ ਨੇ ਸਰਕਾਰਾਂ ਦੇ ਆਉਣ ਤੇ, ਚਾਹੇ ਉਹ ਕੋਈ ਸਰਕਾਰ ਆਉਂਦੀ ਹੈ, ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਹੈ ਵੀ ਜਿਹੜੀ ਸਰਕਾਰ ਆ ਗਈ ਉਹਦੇ ਜਾ ਕੇ ਧੱਕਾ ਕਰਕੇ ਉਹ ਕੰਮ ਕਰਦੇ। ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ, ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਝਟ ਮੁੱਕ ਜੇ, ਕਿਸੇ ਦਾ ਵੀ ਰਾਜ ਆਵੇ। ਮੈਂ ਨਹੀਂ ਚਾਹੁੰਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਫਸਰ ਸਾਡੇ ਆ ਲਾ ਕੇ ਧੱਕਾ ਕਰਨ, ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ। ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ, ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਆਫਿਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨਾ। ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰੀ ਮਿਲੇ ਹਾਂ, ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵੱਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੇ ਯੰਗ ਆਫਿਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ, ਕਈ ਜਿਹੜੇ ਹੈਗੇ, ਕਈ ਤਾਂ ਬਹੁਤ ਹੀ ਬਾਇਸ ਹੈ, ਕਈਆਂ ਦਾ ਤਾਂ ਕਹਿਣਾ ਕੀ ਹੈ, ਮਤਲਬ ਕਿ ਜਮਾ DC ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ 2-4 ਜ਼ਿਲ੍ਹਿਆਂ 'ਚ ਪਰਲੇ ਪਾਸੇ, ਪਰ ਇਹ ਜਿਹੜੇ ਯੰਗ ਮੁੰਡੇ ਨੇ, ਯੰਗ ਆਫਿਸਰ ਨੇ, ਮੈਨੂੰ ਇਹਨਾਂ ਤੋਂ ਪੂਰਨ ਉਮੀਦ ਹੈ ਕਿ ਇਹ ਪੰਜਾਬ ਨੂੰ ਅੱਗੇ ਵੱਲ ਲੈ ਕੇ ਜਾਣਗੇ। ਠੀਕ ਹੈ ਸਰਕਾਰਾਂ ਦਾ ਦਬਾਅ ਹੁੰਦਾ ਹੈ ਮਾੜਾ, ਲੇਕਿਨ ਇਸ ਤਰ੍ਹਾਂ ਮੁਕੰਮਲ ਤੌਰ 'ਤੇ ਜਿਹੜੇ ਲੀਡਰ ਬਾਇਸ ਹੋ ਜਾਂਦੇ ਨੇ ਆਫਿਸਰ, ਉਹ ਫਿਰ ਨੁਕਸਾਨ ਕਰਦੇ ਨੇ ਸਟੇਟਾਂ ਦਾ। ਔਰ ਨਾਲ ਹੀ ਨਾਲ ਅਸੀਂ ਬੁੱਢੇ ਨਾਲ ਇੱਥੇ ਚਰਚਾ ਕੀਤੀ ਹੈ, ਅਸੀਂ ਵਿਅਸਤ ਸਾਂ, ਇਸ ਤੋਂ ਪਹਿਲਾਂ ਹਰਿਆਣਾ ਇਲੈਕਸ਼ਨ ਆ ਗਿਆ, ਫਿਰ ਸਾਡਾ ਜਲੰਧਰ ਬਾਈ ਇਲੈਕਸ਼ਨ ਆ ਗਿਆ, ਕਾਫੀ ਵਿਅਸਤ ਸੀਗੇ ਬੁੱਢੇ ਨਾਲੇ ਤੇ ਅਸੀਂ ਸਾਰੀ ਕਾਂਗਰਸ ਪਾਰਟੀ ਦੇ ਲੋਕਾਂ ਨੇ, ਦਲਵਾਰ ਸਾਹਿਬ ਖੜੇ ਹੈ ਸਾਡੇ ਜ਼ਿਲ੍ਹਾ ਪ੍ਰਧਾਨ, ਇਹਨਾਂ ਨੇ ਪਹਿਲਾਂ ਵੀ ਕੰਮ ਕੀਤਾ, ਡਾਬਰ ਸਾਹਿਬ ਖੜੇ ਹੈ, ਪਾਂਡੇ ਸਾਹਿਬ ਖੜੇ ਹੈ, ਕੁਲਦੀਪ ਜੀ, ਸੰਦੀਪ ਸੰਧੂ ਸਾਹਿਬ, ਜੱਗਾ ਜੀ, ਬਲਵਿੰਦਰ ਜੀ, ਇਹ ਸਾਰਿਆਂ ਨੇ ਮਨ ਬਣਾਇਆ ਕਿ ਇਹ ਸੋਸ਼ਲ ਕੌਜ਼ ਹੈ, ਫਿਰ ਹੀ ਲੜਾਈ ਸਾਨੂੰ ਲੜਨੀ ਚਾਹੀਦੀ ਹੈ, ਚਾਹੇ ਸਾਨੂੰ ਕਿੰਨਾ ਮਰਜ਼ੀ ਹਰਜ਼ਾਨਾ ਭਰਨਾ ਪਵੇ, ਪਰ ਬੁੱਢੇ ਨਾਲੇ ਦੇ ਮਸਲੇ ਦੇ ਉੱਤੇ ਅਸੀਂ ਸਾਰੇ, ਔਰ DC ਸਾਹਿਬ ਨੂੰ ਇਹ ਰਾਏ ਦਿੱਤੀ ਹੈ ਕਿ ਸਰਬ ਪਾਰਟੀ ਮੀਟਿੰਗ ਬੁਲਾਓ, ਐਵੇਂ ਨਾ ਕੋਈ ਡਰਾਮਾ ਕਰੀ ਜਾਵੇ, ਕੋਈ 600 ਕਰੋੜ ਦਾ ਕਿਸੇ 'ਤੇ ਲਾਈ ਜਾਂਦਾ ਹੈ, ਕੋਈ ਪੱਥਰ ਢਾਈ ਜਾਂਦਾ ਹੈ, ਕੋਈ ਹੋਰ ਗੱਲਾਂ ਕਰੀ ਜਾਂਦਾ, ਆਪਦਾ ਵਾਜਾ ਨਾ ਵਜਾਉਣ। ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਬੁੱਢੇ ਨਾਲੇ 'ਤੇ ਇੱਕ ਹੰਗਾਮੀ ਮੀਟਿੰਗ 1 ਦਿਨ ਦੀ ਬੁਲਾਓ, ਜਿਹਦੇ 'ਤੇ ਪੂਰਾ ਦਿਨ ਚਰਚਾ ਹੋਵੇ, ਜਿਹਦੇ 'ਚ ਬੁੱਧੀਜੀਵ ਹੋਣ, ਸਾਰੇ ਸਟੇਕ ਹੋਲਡਰ ਹੋਣ, ਇੰਡਸਟਰੀ ਵਾਲੇ ਵੀ ਹੋਣ, ਤਾਂ ਜੋ ਇਹ ਮਸਲਾ ਬਹੁਤ ਗੰਭੀਰ ਮਸਲਾ ਹੈ, ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਮੁੱਦੇ 'ਤੇ ਅਸੀਂ ਚਰਚਾ ਕਰੀਏ ਆਉਣ ਵਾਲੀਆਂ ਪੀੜ੍ਹੀਆਂ, ਅਦਰਵਾਈਜ਼ ਚਾਹੇ ਉਹ ਆਮ ਆਦਮੀ ਪਾਰਟੀ ਦੇ ਹੈ,
ਚਾਹੇ ਉਹ ਕਾਂਗਰਸ ਦੇ ਆ ਚਾਹੇ ਉਹ ਕਿਸੇ ਪਾਰਟੀ ਦੇ, ਉਹਨਾਂ ਨੂੰ ਮਾਫ਼ ਨਹੀਂ ਕਰਨਗੀਆਂ, ਸਰਕਾਰਾਂ ਨੂੰ ਮਾਫ਼ ਨਹੀਂ ਕਰਨਗੀਆਂ। ਅੱਜ ਆਮ ਆਦਮੀ ਪਾਰਟੀ ਦਾ ਰਾਜ ਹੈ, ਪਰ ਜਿਹੜੇ ਲੋਕ ਇਸ ਮਸਲੇ ਦੇ ਵਿੱਚ ਆਪਦਾ ਯੋਗਦਾਨ ਪਾਉਣਗੇ ਬੁੱਢੇ ਨਾਲੇ ਦੇ, ਕਿਉਂਕਿ ਬਹੁਤ ਸਾਰੇ ਲੋਕ ਤਾਂ ਡਰਾਮਾ ਕਰਦੇ ਹੈ, ਉਹਨਾਂ ਨੂੰ ਤਾਂ ਐਜੀਟੇਸ਼ਨ ਦਾ ਬਹਾਨਾ ਚਾਹੀਦਾ ਵੀ ਮੈਂ ਫਲਾਨੀ ਚੀਜ਼ ਸਿੱਟ ਦਿਆਂ, ਕੋਈ ਕਹਿੰਦਾ ਮੈਂ ਬੰਨ ਲਾ ਦਿਆਂ, ਕੋਈ ਕਹਿੰਦਾ ਫਲਾਂ ਲਾ ਦਿਆਂ, ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਹੈ। ਅਸੀਂ ਮੁਕੰਮਲ ਤੌਰ 'ਤੇ ਕਿਸੇ ਨੂੰ ਵੀ ਦਿੱਕਤ ਨਾ ਆਵੇ ਅਤੇ ਸਾਰੇ ਜਾਣੇ ਇਕੱਠੇ ਹੋ ਕੇ ਇਸ ਮੁੱਦੇ 'ਤੇ ਸੰਸੈਰਿਟੀ ਦੇ ਨਾਲ ਬੁੱਢੇ ਨਾਲੇ 'ਤੇ ਕੰਮ ਕਰੀਏ। ਜੋ ਨੁਕਸਾਨ ਪੰਜਾਬ ਦਾ ਬੁੱਢੇ ਨਾਲੇ ਦੇ ਨਾਲ ਹੋ ਗਿਆ, ਇਹ ਭਰਮਾਈ ਮੁੜ ਕੇ ਪੂਰੀ ਨਹੀਂ ਹੋਣੀ। ਕਈਆਂ ਦੇ ਘਰਾਂ 'ਚ ਕੈਂਸਰ ਫੈਲ ਗਿਆ, ਕਈਆਂ ਦੀਆਂ ਮਾਵਾਂ ਧੀਆਂ ਪੁੱਤ ਕੈਂਸਰ ਨਾਲ ਪੀੜਤ ਹੈ। ਐਸੀਆਂ ਜਾਇਦਾਦਾਂ ਤੋਂ, ਐਸੀਆਂ ਚੀਜ਼ਾਂ ਦਾ ਅਸੀਂ ਕੀ ਕਰਾਂਗੇ ਜੇ ਸਾਡੇ ਬੱਚੇ ਨਾ ਰਹੇ? ਸੋ ਬੁੱਢੇ ਨਾਲੇ ਦਾ ਮਸਲਾ ਅਸੀਂ ਗੰਭੀਰ ਰੂਪ ਦੇ ਵਿੱਚ ਚੱਕਾਂਗੇ। ਅਸੀਂ ਦਿਸ਼ਾ ਦੀ ਮੀਟਿੰਗ ਰੱਖੀ ਹੈ 22 ਤਰੀਕ ਨੂੰ, ਸੋ ਉਹਦੇ 'ਤੇ ਫਿਰ ਸਾਰਿਆਂ ਨਾਲ ਚਰਚਾ ਕਰਕੇ ਔਰ ਇਸ ਮੁੱਦੇ ਨੂੰ ਪ੍ਰਾਇਓਰਿਟੀ ਬੇਸਿਸ 'ਤੇ ਦਿੱਲੀ ਸਰਕਾਰ ਨੂੰ ਲੈ ਕੇ, ਪੰਜਾਬ ਸਰਕਾਰ ਨੂੰ, ਮੁੱਖ ਮੰਤਰੀ ਨੂੰ ਮਿਲਣਾ ਪਿਆ ਤਾਂ ਅਸੀਂ ਸਾਰੇ ਮੁੱਖ ਮੰਤਰੀ ਨੂੰ ਮਿਲਾਂਗੇ, ਚੀਫ ਸੈਕਟਰੀ ਨੂੰ ਮਿਲਾਂਗੇ ਔਰ ਕੇਂਦਰ ਦੇ ਮੰਤਰੀਆਂ ਨੂੰ ਮਿਲਾਂਗੇ, ਕਿਉਂਕਿ ਇਹ ਮੁੱਦਾ, ਇਹ ਪੋਲੀਟੀਕਲ ਸਾਰੇ ਮੁੱਦਿਆਂ ਤੋਂ ਵੱਡਾ ਮੁੱਦਾ ਹੈ ਔਰ ਇਹਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਹੱਲ ਕਰਾਂਗੇ।